नई और ताज़ा खबरें देखने के लिए हमारे YouTube चैनल माझा लाइव टीवी को सब्सक्राइब करें। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ DC ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਕ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਸੀ। ਉਸ ਸੰਬੰਧੀ ਸਮੂਹ ਇਲਾਕੇ ਵੱਲੋਂ ਬਹੁਤ ਭਰਵਾਂ ਹੁੰਗਾਰਾ ਦਿੱਤਾ ਗਿਆ ਆ। ਕੋਰੋਨਾ ਵਾਇਰਸ ਦੀ ਜੋ ਨਾਮੁਰਾਦ ਮਹਾਂਮਾਰੀ ਛਿੜੀ ਆ, ਉਸ ਨੂੰ ਨੱਥ ਪਾਉਣ ਲਈ ਸਾਰੇ ਪਿੰਡਾਂ ਵਿੱਚ ਅਨਾਊਂਸਮੈਂਟਾਂ ਕਰਾਈਆਂ ਗਈਆਂ ਨੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ, ਸਿਵਲ ਪ੍ਰਸ਼ਾਸਨ ਵੱਲੋਂ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਆ। ਸਿਹਤ ਮਹਿਕਮੇ ਵੱਲੋਂ ਜੋ ਕੁਝ ਸਾਡੇ ਥਾਣੇ ਦੇ ਏਰੀਏ 'ਚ ਰਹਿਣ ਵਾਲੇ ਲੋਕ ਵਿਦੇਸ਼ਾਂ 'ਚੋਂ ਵੀ ਆਏ ਨੇ, ਉਹਨਾਂ ਦੀ ਚੈੱਕਅਪ ਕੀਤੀ ਜਾ ਰਹੀ ਆ। ਅਸੀਂ ਵੀ ਉਹਨਾਂ ਨੂੰ ਜਾ ਕੇ ਸਮਝਾ ਰਹੇ ਹਾਂ, ਜਾਗਰੂਕ ਕਰ ਰਹੇ ਹਾਂ ਲੋਕਾਂ ਨੂੰ, ਇੱਕ ਪੈਨਿਕ ਨਾ ਹੋਣ ਦੀ ਸਲਾਹ ਦੇ ਰਹੇ ਹਾਂ। ਔਰ ਇਸ ਸੰਬੰਧੀ ਅੱਜ ਅਲੀਵਾਲ ਕਸਬੇ ਵਿੱਚ, ਘੜੀ ਕੇ ਬੰਗਰ ਕਸਬੇ ਵਿੱਚ ਲੋਕਾਂ ਨੇ ਜਨਤਾ ਕਰਫਿਊ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਆ। ਔਰ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡਾ ਸਹਿਯੋਗ ਦੇਣਗੇ। ਔਰ ਇੱਕ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋ ਵੀ ਸਾਡੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੇ, ਉਹ ਅਸੀਂ ਬੜੇ ਤਰੀਕੇ ਨਾਲ ਉਹ ਲੋਕਾਂ ਤੀਕ ਅਸੀਂ ਪਹੁੰਚਾਵਾਂਗੇ। ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੈਗੀ। ਅਗਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਸੂਚਨਾ ਚਾਹੀਦੀ ਆ, ਉਹ ਪੁਲਿਸ ਪ੍ਰਸ਼ਾਸਨ ਜਾਂ 112 ਕੰਟਰੋਲ ਰੂਮ 'ਤੇ ਫੋਨ ਕਰਕੇ ਪ੍ਰਾਪਤ ਕਰ ਸਕਦਾ ਹੈ।